दुआ मंगिया करो संगियों, किते मुर्शद ना रुस जावे, किते मुर्शद ना रुस जावे, जिन्ना दे पी हाँ रुस जांदे, ओ जिउंदे ना मरे रहंदे। इस इंडस्ट्री दे विच आन तो पहला ते आज इस तुसी मकाम ते केड़ा बदला तुहानू अपने आप दे विच सब तो वड्डा नजर मेरे तो गम परे रहंदे। कोई सदे नाल जिवें मुलाकातां हुण उवें पहला वांगू नहीं हुंदियां, क्योंकि पहला टाइम ही टाइम हुंदा सी, उवें सारा ओ सिस्टम नहीं चलदा। ਅਗਲੇ ਗੀਤ ਦੀ ਗੱਲ ਕਰੀਏ ਤਾਂ ਬਾਬਾ ਬੇਲੀ ਜੀ ਨੇ ਤੁਹਾਡੇ ਸਾਹਮਣੇ ਇੱਕ ਸ਼ਰਤ ਰੱਖੀ ਸੀ, ਇੱਕ ਤਾਂ 7 ਰੁਪਿਆਂ ਵਾਲੀ ਅਤੇ ਇੱਕ ਅੱਖਾਂ ਦੇ ਵਿੱਚ ਪਾਣੀ ਲਿਆਉਣਾ ਹੈ। ਉਹਦੇ ਬਾਰੇ ਦੱਸੋ ਫਿਰ ਚੀਜ਼ ਕਿਵੇਂ ਪੋਸੀਬਲ ਹੋਈ ਸੀ। 7 ਰੁਪਏ ਦੇਣੇ ਤਾਂ ਸੌਖੇ ਸੀ, ਦੂਜੀ ਕੰਡੀਸ਼ਨ ਬੜੀ ਔਖੀ ਸੀ। ਉਹੀ ਪਰੋਸਦੇ ਹਾਂ ਜੋ ਆਡੀਅੰਸ ਸੁਣਨਾ ਚਾਹੁੰਦੀ ਹੈ। ਜੇਕਰ ਅਸੀਂ ਉਦਾਂ ਦਾ ਨਹੀਂ ਪਰੋਸਾਂਗੇ ਤਾਂ ਅਸੀਂ ਘਰ ਬੈਠ ਜਾਵਾਂਗੇ, ਪਰ ਤੁਸੀਂ ਇੱਕ ਆਪਣੀ ਲੀਹ 'ਤੇ ਚੱਲ ਰਹੇ ਹੋ ਅਤੇ ਮੈਂ ਇੱਥੇ ਜਾਣਨਾ ਚਾਹੁੰਦੀ ਕਿ ਫਿਰ ਤੁਸੀਂ ਘਰ ਬੈਠੇ ਹੋ। ਸਭ ਤੋਂ ਵੱਧ ਪੈਸੇ ਕਮਾ ਰਹੇ ਮੈਂ 22-27 ਸਭ ਤੋਂ ਵੱਧ ਸ਼ੋਅ ਨਹੀਂ ਉਹਨਾਂ ਕੋਲ। ਰਣਜੀਤ ਬਾਬਾ ਹੈ, ਅੱਜ ਦਾ ਦਿਨਾਂ 'ਚ ਫੋਨ ਕਰਕੇ ਦੇਖੋ, ਇੱਕ ਦਿਨ ਹੀ ਮਿਲੇ। ਬੜੇ ਸਾਰੇ ਸੁਪਨੇ ਹੁੰਦੇ ਸਾਡੀ ਸਭ ਦੀ ਜ਼ਿੰਦਗੀ ਦੇ ਵਿੱਚ। ਤੁਹਾਡਾ ਸੁਪਨਾ ਸੀ ਆਪਣੇ ਮਾਤਾ ਪਿਤਾ ਦੇ ਲਈ ਘਰ ਬਣਾਉਣਾ, ਜੋ ਤੁਸੀਂ ਪੂਰਾ ਕੀਤਾ। ਹੁਣ ਵੀ ਕੋਈ ਖੁਆਬ ਹੈ ਅਧੂਰਾ ਜਿਹੜਾ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ? ਸਾਡੇ ਬਜ਼ੁਰਗਾਂ ਵਰਗੇ ਗੀਤ ਗਾਵਾਂਗਾ, ਸਾਡੀਆਂ ਬਾਬਾ ਵਰਗੇ ਗੀਤ ਗਾਵਾਂਗਾ, ਹੈ ਨਾ। ਸੋ ਉਹਦੇ ਲਈ ਮੈਂ ਰਿਸਪੋਂਸੀਬਲ। ਜਿਸ ਤਰੀਕੇ ਨਾਲ ਇੰਡਸਟਰੀ 'ਚ ਐਂਟਰੀ ਕੀਤੀ, ਜਿਸ ਸਾਦਗੀ ਦੇ ਨਾਲ ਅੱਜ ਵੀ ਉਹ ਚੀਜ਼ ਬਰਕਰਾਰ ਆ, ਕਿਉਂਕਿ ਇੰਡਸਟਰੀ ਜਿਸ ਜਿੱਥੇ ਕੰਮ ਕਰ ਰਹੀ ਹਮੇਸ਼ਾ ਕਿ ਬੜੀ ਚਕਾ ਚੌਂਕ ਵਾਲੀ ਹੈ, ਬੜੀ ਗਲੈਮਰਸ, ਬੜੀ ਸਟਾਈਲਿਸ਼ ਹਰ ਇੱਕ ਨੂੰ ਹੁੰਦਾ, ਇਹ ਵੀ ਰਹੀ ਉਹ ਸਾਦਗੀ ਉਸੇ ਹੀ ਲੀਹ 'ਤੇ ਚੱਲਣਾ, ਉਹਦੇ ਬਾਰੇ ਦੱਸੋ ਕਿ ਅੱਜ ਵੀ ਉਹੀ ਚੀਜ਼ ਆ। ਟੌਰ ਟੂਰ ਜੀ ਕੱਢਣੀ ਇਹ ਮਾੜੀ ਗੱਲ ਨਹੀਂ, ਇਹ ਬਹੁਤ ਸੋਹਣੀ ਗੱਲ ਹੈ ਜੀ। ਹੁਣ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਇੰਡਸਟਰੀ 'ਚ ਸਾਡੇ ਭੈਣ ਭਰਾ ਹੋਰ ਜਿਹੜੇ ਬਣ ਠਣ ਕੇ ਜੇ ਰਹਿੰਦੇ, ਅਤੇ ਅੱਜ ਕੱਲ੍ਹ ਐਂ ਕਰਦਾ ਖਰ ਮੈਂ ਵੀ ਪੈਂਟਾਂ ਪੁੰਟਾਂ ਜਿਹੀ ਤਾਂ ਪਾਉਣ ਲੱਗ ਗਿਆ। ਕਿਉਂਕਿ ਤੁਹਾਡੇ ਗੀਤ ਜਿਹੜੇ ਯੂਟਿਊਬ ਤੋਂ ਹਟਾ ਦਿੱਤੇ ਜਾਂਦੇ ਆ, ਅੱਜ ਸਿੱਧੂ ਮੂਸੇਵਾਲਾ ਜੀ ਤੁਹਾਡੇ ਵਿੱਚ ਨਹੀਂ ਆ, ਉਹਨਾਂ ਦਾ ਗੀਤ ਵੀ ਉਹਦੀ ਡੈਥ ਤੋਂ ਬਾਅਦ ਜਿਹੜਾ ਐਸ ਵੀ ਐਲ ਆਉਂਦਾ ਉਹ ਵੀ ਹਟਾ ਦਿੱਤਾ ਜਾਂਦਾ, ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਗੀਤ ਆਉਂਦਾ ਹੈ ਅਤੇ ਸਰਕਾਰ ਨੂੰ ਨਹੀਂ ਪਸੰਦ ਤਾਂ ਸਰਕਾਰ ਵੱਲੋਂ ਹਟਾਇਆ ਜਾਂਦਾ, ਅਤੇ ਮੇਰੇ ਲਈ ਤਾਂ ਸਾਰੇ ਅਦਾਰੇ ਸਤਿਕਾਰਯੋਗ ਹੈ। ਉਹਨਾਂ ਨੂੰ ਕੁਛ ਲੱਗਿਆ ਹੋਊਗਾ ਕਿ ਇਸ ਗੀਤ ਕੋਈ ਸਹੀ ਨਹੀਂ, ਪਰ ਮੈਨੂੰ ਲੱਗਿਆ ਕਿ ਇਸ ਗੀਤ ਸਹੀ ਹੈ। ਕਹਿੰਦੇ ਨੇ ਬੁਲੰਦੀਆਂ 'ਤੇ ਪਹੁੰਚਣਾ ਕਮਾਲ ਨਹੀਂ, ਬੁਲੰਦੀਆਂ 'ਤੇ ਠਹਿਰਨਾ ਕਮਾਲ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ, ਮੈਂ ਹਾਂ ਖੁਸ਼ੀ ਸਰਾ। ਅੱਜ ਮੈਂ ਤੁਹਾਡੀ ਸਭ ਦੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਇੱਕ ਅਜਿਹੇ ਫਨਕਾਰ ਦੇ ਨਾਲ, ਜਿਨ੍ਹਾਂ ਦੇ ਗੀਤਾਂ ਦਾ ਹਰ ਕੋਈ ਮੁਰੀਦ ਆ, ਜਿਨ੍ਹਾਂ ਦੀ ਗਾਇਕੀ 'ਚ ਰੂਹਾਨੀਅਤ ਆ, ਜਿਨ੍ਹਾਂ ਦੇ ਹਰ ਅੰਦਾਜ਼ ਨੂੰ ਲੋਕਾਂ ਵੱਲੋਂ ਇੰਨਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿ ਬੰਦਾ ਬੰਦਾ ਉਹਨਾਂ ਦਾ ਫੈਨ ਆ। ਸੋ ਅੱਜ ਉਹਨਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਦੇ ਸੰਗੀਤਕ ਸਫ਼ਰ ਅਤੇ ਉਹਨਾਂ ਦੇ ਜੀਵਨ ਨੂੰ ਲੈ ਕੇ। ਮੈਂ ਗੱਲ ਕਰ ਰਹੀ ਹਾਂ ਕਵਰ ਕਰੇਵਾਲ ਜੀ ਦੀ, ਜੋ ਇਸ ਟਾਈਮ ਮੇਰੇ ਨਾਲ ਮੌਜੂਦ ਆ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰੋ ਪੰਜਾਬ ਟੀਵੀ 'ਤੇ। ਜੀ ਖੁਸ਼ੀ ਜੀ, ਸਾਨੂੰ ਵੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਥੈਂਕ ਯੂ ਸੋ ਮਚ। ਪ੍ਰੋ ਪੰਜਾਬ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ, ਔਰ ਸਾਨੂੰ ਦੇਖਣ ਸੁਣਨ ਵਾਲੇ ਮੇਰੇ ਪਰਿਵਾਰਾਂ ਲਈ ਤੁਹਾਡੇ ਲਈ ਬਹੁਤ ਬਹੁਤ ਪਿਆਰ ਸਤਿਕਾਰ। ਸੋ ਸਭ ਤੋਂ ਪਹਿਲਾਂ ਮੈਂ ਕਵਰ ਸਰ ਗੱਲ ਕਰਨਾ ਚਾਹਾਂਗੀ, ਕਿਉਂਕਿ ਪਿਛਲਾ ਕੁਝ ਸਮਾਂ ਮਿਊਜ਼ਿਕ ਇੰਡਸਟਰੀ ਦੇ ਲਈ ਬਹੁਤ ਜ਼ਿਆਦਾ ਵਧੀਆ ਨਹੀਂ ਸੀ। ਕਰੋਨਾ ਕਾਲ ਸੀ, ਉਹਨੇ ਜ਼ਿਆਦਾ ਟਰੈਕ ਨਹੀਂ ਸੀ ਆ ਰਹੇ, ਉਹਨੇ ਜ਼ਿਆਦਾ ਸ਼ੋਅ ਨਹੀਂ ਸੀ ਲੱਗ ਰਹੇ, ਪਰ ਇੱਕ ਵਾਰ ਫਿਰ ਤੋਂ ਸਭ ਕੁਝ ਨੋਰਮਲ ਆ, ਸ਼ੋਅ ਲੱਗ ਰਹੇ ਨੇ। ਸੋ ਕਿਵੇਂ ਚੱਲ ਰਿਹਾ ਸਾਰਾ ਕੁਝ? ਬਹੁਤ ਸੋਹਣਾ ਜੀ, ਖੁਸ਼ੀ ਹੁੰਦੀ ਹੈ ਕਿਉਂਕਿ ਗੀਤ ਸੰਗੀਤ ਬਿਨਾਂ ਪੰਜਾਬ ਅਧੂਰਾ ਜਿਹਾ ਲੱਗਦਾ ਹੈ। ਇਹ ਸਟੇਟ ਹੀ ਇਹੋ ਜਿਹੀ, ਇੱਥੋਂ ਦੀ ਮਿੱਟੀ ਇਹੋ ਜਿਹੀ ਹੈ ਅਤੇ ਲੋਕਾਂ ਦਾ ਸੁਭਾਅ ਹੀ ਇਹੋ ਜਿਹਾ ਹੈ। ਸੋ ਇਹ ਤਾਂ ਤੁਸੀਂ ਦੇਖ ਲਓ ਕਿ ਜਦੋਂ ਜੰਗਾਂ ਲੜਾਈਆਂ ਵੀ ਹੁੰਦੀਆਂ ਤਾਂ ਉੱਥੇ ਵੀ ਇਹ ਤਾਂ ਢਾਡੀ ਵਾਰਾਂ ਗਾਉਂਦੇ ਆ, ਸੰਗੀਤ ਬਣਾ ਕੇ ਲੋਕ ਅਧੂਰੇ ਹੈ। ਸੋ ਸਟ੍ਰੈਸ ਦਾ ਟਾਈਮ ਸੀ, ਕਨਫਿਊਜ਼ ਸੀ ਲੋਕ ਕਿ ਹੁਣ ਅੱਗੇ ਜ਼ਿੰਦਗੀ ਕਿਸ ਤਰ੍ਹਾਂ, ਪਰ ਹੌਲੀ ਹੌਲੀ ਚਲੋ ਮਹਾਰਾਜ ਨੇ ਉਹ ਦਿਨ ਖੋਲ੍ਹੇ ਅਤੇ ਬਹੁਤਿਆਂ ਨੇ ਉਸ ਟਾਈਮ ਪੀਰੀਅਡ ਦੇ ਵਿੱਚ ਵੀ ਮੇਰੇ ਖਿਆਲ 'ਚ ਬੰਦਗੀ ਵਾਂਗੂ ਨਿਭਾਇਆ ਉਸ ਸਮੇਂ ਨੂੰ, ਬਹੁਤ ਕੁਛ ਸਿੱਖਿਆ ਉਸ ਸਮੇਂ 'ਤੇ। ਅਤੇ ਸਮਾਂ ਆਉਂਦਾ, ਲੰਘ ਜਾਂਦਾ, ਹਮੇਸ਼ਾ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ। ਸੋ ਹੁਣ ਫਿਰ ਉਵੇਂ ਖੁਸ਼ਹਾਲੀ ਹੈ, ਸਭ ਆਰਟਿਸਟ ਗਵਾਈਏ ਪਿੰਡਾਂ 'ਚ ਨੇ, ਗਰਾਊਂਡਾਂ 'ਚ ਨੇ, ਖਾੜੇ ਲਾ ਰਹੇ ਨੇ, ਕੋਈ ਵਿਆਹ ਸ਼ਾਦੀਆਂ 'ਤੇ ਗਾ ਰਿਹਾ, ਕੋਈ ਸੱਭਿਆਚਾਰਕ ਮੇਲਿਆਂ 'ਚ ਗਾ ਰਿਹਾ, ਅਤੇ ਮੰਦਰਾਂ ਮਸੀਤਾਂ ਗੁਰਦੁਆਰਿਆਂ 'ਚ ਫਿਰ
ਉਹੀ ਰੱਬ ਦੇ ਘਰ ਦੀ ਆਵਾਜ਼ ਆ ਰਹੀ ਹੈ ਜੀ। ਜਿਵੇਂ ਤੁਸੀਂ ਕਿਹਾ ਬਹੁਤ ਸਾਰੇ ਹੁਣ ਅਖਾੜੇ ਮੇਲੇ ਦੁਬਾਰਾ ਤੋਂ ਲੱਗ ਰਹੇ ਆ, ਫੋਰਨ ਕੰਟਰੀਜ਼ ਦੇ ਵਿੱਚ ਸ਼ੋਅ ਲੱਗ ਰਿਹਾ, ਸੋ ਜਦੋਂ ਕਰੋਨਾ ਕਾਲ ਤੋਂ ਬਾਅਦ ਹੈ ਨਾ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਪਰਫੋਰਮ ਕਰਨ ਦੇ ਲਈ, ਤਾਂ ਕੋਈ ਬਦਲਾਅ ਕੁਛ ਨਜ਼ਰ ਆਇਆ ਉੱਧਰ? ਕਿਉਂਕਿ ਲੋਕਾਂ ਦਾ ਚਾਅ ਜਿਹੜਾ ਸੀ ਇੰਨੇ 2-3 ਸਾਲ ਕੁਛ ਵੀ ਉਹਨਾਂ ਨੂੰ ਨਹੀਂ ਸੀ ਮਿਲ ਰਿਹਾ, ਜਿਹੜੀ ਰੂਹ ਦੀ ਖੁਰਾਕ ਹੈ ਸੰਗੀਤ। ਹਾਂਜੀ ਸੇਮ, ਬਸ ਉਹ ਵੀ ਤਰਸੇ ਪਏ ਸੀ ਅਸਲ 'ਚ। ਹਾਂ ਅਤੇ ਬਾਕੀ ਇਹ ਸੀ ਕਿ ਇਸ ਵਾਰੀ ਮੈਂ ਹੁਣ ਮਾਰਚ ਅਪ੍ਰੈਲ ਮਈ ਜੂਨ ਇਹ ਮੇਰੇ ਖਿਆਲ 2-3 ਮਹੀਨੇ ਸੀਗੇ ਆਪਣਾ ਜਦੋਂ ਅਮਰੀਕਾ ਔਰ ਕੈਨੇਡਾ ਦਾ ਟੂਰ ਕਰਕੇ ਆਏ, ਪਰ ਮੇਰੇ ਤੋਂ ਪਹਿਲਾਂ ਫਿਰ ਬਹੁਤ ਸਾਰੇ ਗਵਈਏ ਹੋਰ ਆਪਣੇ ਸ਼ੋਅਜ਼ ਕਰ ਆਏ ਸੀ, ਸੋ ਮੇਰੇ ਜਾਣ ਤੱਕ ਤਾਂ ਨੋਰਮਲ ਸੀ, ਪਰ ਮੈਨੂੰ ਪਤਾ ਜਦੋਂ ਰਣਜੀਤ ਹੋਣੀ ਮੇਰੇ ਵੀਰ ਬਾਵੇ ਹੋਣੀ ਜਾ ਕੇ ਜਾਂ 22 ਸਤੰਦਰ ਹੋਣੀ ਜਾ ਕੇ, ਮੇਰੇ ਖਿਆਲ 'ਚ 22 ਸਤੰਦਰ ਹੋਣੀ ਸਭ ਤੋਂ ਪਹਿਲਾਂ ਗਏ ਆ ਕਰੋਨਾ ਤੋਂ ਬਾਅਦ, ਤਾਂ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਸੀ ਲੋਕਾਂ ਦੇ ਚਿਹਰੇ 'ਤੇ ਕਿ ਆਫਟਰ ਲੌਂਗ ਟਾਈਮ, ਮੇਰੇ ਖਿਆਲ 'ਚ ਕੋਈ 2-2.5-3 ਸਾਲ ਦਾ ਵਕਫਾ ਹੀ, 2 ਸਾਲ ਦਾ ਵਕਫਾ ਤਾਂ ਘੱਟੋ ਘੱਟ ਸੀਗਾ ਹੀ, ਸੋ ਬਸ ਇਹ ਖੁਰਾਕ ਹੈ ਇਹ ਪੰਜਾਬੀਆਂ ਦੀ, ਭਾਵੇਂ ਇੱਥੇ ਬੈਠੇ ਭਾਵੇਂ ਬਾਹਰਲੇ ਮੁਲਕਾਂ 'ਚ ਬੈਠੇ, ਸੰਗੀਤ ਬੜਾ ਇਹ ਕਹਿ ਲਓ ਵੀ ਖੁਸ਼ੀਆਂ ਗਮੀਆਂ ਦੋਨੇ ਅਧੂਰੀਆਂ। ਸੋ ਤੁਹਾਡੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇੱਕ ਲੰਬਾ ਸਮੇਂ ਤੋਂ ਹੈ ਨਾ ਤੁਸੀਂ ਬੜਾ ਸਟਰਗਲ ਕੀਤਾ, ਪਹਿਲਾਂ ਹਰ ਕੋਈ ਜਾਣਦਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਕਿਸ ਮਾਹੌਲ 'ਚੋਂ ਨਿਕਲੇ, ਕਿਵੇਂ ਇਸ ਮੁਕਾਮ ਤੱਕ ਪਹੁੰਚੇ, ਬੜੀਆਂ ਔਕੜਾਂ ਜਿਹੜੀਆਂ ਨੇ ਉਹ ਤੁਸੀਂ ਹੰਢਾਈਆਂ ਆਪਣੇ ਪਿੰਡੇ ਦੇ ਉੱਪਰ, ਬੜਾ ਕੁਛ ਫੇਸ ਕੀਤਾ, ਪਰ ਇੱਕ ਇੱਥੇ ਮੈਂ ਚੀਜ਼ ਜ਼ਰੂਰ ਜਾਣਨਾ ਚਾਹਾਂਗੀ ਕਿ ਇਸ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਅਤੇ ਅੱਜ ਇਸ ਤੁਸੀਂ ਮੁਕਾਮ 'ਤੇ ਹੋ, ਕਿਹੜਾ ਬਦਲਾਅ ਤੁਹਾਨੂੰ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਨਜ਼ਰ ਆਉਂਦਾ? ਬਦਲਿਆ ਤਾਂ ਨਹੀਂ ਹੈ ਜੀ, ਮੈਂ ਤਾਂ ਉੱਦਾਂ ਦਾ ਹੀ ਹੈ ਜੀ, ਉਵੇਂ ਜਿਹੀ ਹੈ, ਅਤੇ ਹਾਂ ਠੀਕ ਹੈ, ਕੁਛ ਚੀਜ਼ਾਂ ਜਿਹੜੀਆਂ ਜਾਣੀ ਜਿਵੇਂ ਕਈ ਚੀਜ਼ਾਂ ਲਈ ਕਈ ਕੰਮਾਂ ਲਈ ਜਿਵੇਂ ਪਹਿਲਾਂ ਟਾਈਮ ਹੁੰਦਾ ਸੀ, ਉਹ ਟਾਈਮ ਨਹੀਂ ਕਈ ਵਾਰੀ ਉਹ ਮਿਲਦਾ ਉਵੇਂ, ਫਿਰ ਉਹਨੂੰ ਜਦੋਂ ਕਿਤੇ ਟਾਈਮ ਮਿਲਦਾ ਥੋੜ੍ਹਾ ਮਿਲਦਾ ਉਹਦੇ ਵਿੱਚ ਹੀ ਫਿਰ ਬਾਹਲਾ ਕੁਛ ਕਰਨ ਦੀ ਜਾਣੀ ਇੱਕ ਰਹਿੰਦੀ ਹੈ ਜਾਣੀ ਚਾਈਨਾ ਜੀ ਕਿ ਆਹ ਹੁਣ ਇਹਨੂੰ ਕਰ ਲਈਏ, ਕਿਉਂਕਿ ਹੁਣ ਛੋਟੇ ਹੁੰਦਾ ਤਾਂ ਉਹ ਚੀਜ਼ਾਂ ਦਾ ਰਿਆਜ਼ ਚੱਲਦਾ ਹੁੰਦਾ ਸੀ, ਅਤੇ ਇੱਕ ਕੁਛ ਸਦੇ ਨਾਲ ਜਿਵੇਂ ਮੁਲਾਕਾਤਾਂ ਹੁਣ ਉਵੇਂ ਪਹਿਲਾਂ ਵਾਂਗੂ ਨਹੀਂ ਹੁੰਦੀਆਂ, ਕਿਉਂਕਿ ਪਹਿਲਾਂ ਟਾਈਮ ਹੀ ਟਾਈਮ ਹੁੰਦਾ ਸੀ, ਉਵੇਂ ਹੀ ਸਾਰਾ ਉਹ ਸਿਸਟਮ ਨਹੀਂ ਚੱਲਦਾ, ਪਰ ਬਾਕੀ ਇਹ ਹੈ ਕਿ ਕਿਸੇ ਚੀਜ਼ ਨੂੰ ਟੁੱਟਣ ਨਹੀਂ ਦਿੱਤਾ ਆਪਣੇ ਨਾਲ, ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਤਾਂ ਮੈਂ ਤੁਹਾਨੂੰ ਦੱਸ ਦੇਣੀ ਸੀ ਕਿ ਹਾਂਜੀ ਆਹ ਚੀਜ਼ ਆਏ ਆਹ ਇੱਥੋਂ ਮੈਂ ਬਦਲ ਗਿਆ, ਅਤੇ ਨਹੀਂ ਉਸ ਚੀਜ਼ਾਂ 'ਤੇ ਮਿਹਨਤ ਵੀ ਕੀਤੀ ਹੈ, ਪਹਿਰਾ ਵੀ ਦਿੱਤਾ ਕਿ ਸਾਰੀਆਂ ਚੀਜ਼ਾਂ ਉਹ ਨਾਲ ਨਾਲ ਰਹਿਣ, ਦੋਸਤ ਮਿੱਤਰ ਵੀ ਉਵੇਂ ਰਹਿਣ, ਘਰ ਪਰਿਵਾਰ ਵੀ ਉਵੇਂ ਰਹੇ, ਕਿ ਗ੍ਰਹਿਸਥੀ ਵੀ ਡਿਸਟਰਬ ਨਾ ਹੋਵੇ, ਠੀਕ ਹੈ ਪ੍ਰੋਗਰਾਮ ਸੰਗੀਤ ਲਈ ਆਪਦਾ ਪਿਆਰ ਜਿਹੜਾ ਪ੍ਰੋਫੈਸ਼ਨ 'ਚ ਆਉਣ ਤੋਂ ਪਹਿਲਾਂ ਸੀ, ਕਿ ਸਟੇਜ ਆਏ ਬੋਝ ਨਾ ਲੱਗਣ ਲੱਗੇ, ਭਾਵੇਂ ਤੁਸੀਂ ਦਿਨ 'ਚ 2-3 ਪ੍ਰੋਗਰਾਮ ਵੀ ਕਰਦੇ ਹੋ, ਜਦੋਂ ਵੀ ਤੁਸੀਂ ਸਟੇਜ 'ਤੇ ਜਾਂਦੇ ਹੋ ਤਾਂ ਤੁਹਾਨੂੰ ਐਂ ਲੱਗੇ ਕਿ ਮੇਰਾ ਇਸ਼ਕ ਹੈ ਔਰ ਇਹਨੂੰ ਮੈਂ ਇਸ਼ਕ ਨਾਲ ਹੀ ਕਰਨਾ, 100% ਆਪਣਾ ਦੇਣਾ, ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਬੜੀ ਚਕਾ ਚੌਂਕ ਵਾਲੀ ਹੈ, ਬੜੀ ਗਲੈਮਰਸ, ਬੜੀ ਸਟਾਈਲਿਸ਼ ਹਰ ਇੱਕ ਨੂੰ ਹੁੰਦਾ, ਇਵੇਂ ਰਹੀਏ, ਉਹ ਸਾਦਗੀ ਉਸੇ ਹੀ ਲੀਹ ਤੇ ਚੱਲਣਾ, ਉਹਦੇ ਬਾਰੇ ਦੱਸੋ ਕਿ ਅੱਜ ਵੀ ਉਹੀ ਚੀਜ਼ ਆ? ਦੇਖੋ ਕੁਛ ਕਰਨ ਲਈ ਕੁਛ ਚੇਂਜ ਕਰਨਾ ਤੁਹਾਨੂੰ ਕੁਛ ਕਰਨਾ ਪੈਣਾ, ਜਦੋਂ ਕੁਛ ਚੇਂਜ ਨਹੀਂ ਕਰਨਾ ਤੁਹਾਨੂੰ ਕੁਛ ਨਹੀਂ ਕਰਨਾ ਪੈਣਾ, ਤੁਸੀਂ ਜਿੱਦਾਂ ਦੇ ਸੀਗੇ ਉੱਦਾਂ ਦੇ ਰਹਿ ਲਓ ਅਤੇ ਤੁਸੀਂ ਬਹੁਤ ਸੌਖੇ ਰਹਿੰਦੇ। ਬਾਕੀ ਇਹ ਹੈ ਜੀ ਕਿ ਟੌਰ ਟੂਰ ਜੀ ਕੱਢਣੀ ਇਹ ਕੋਈ ਮਾੜੀ ਗੱਲ ਨਹੀਂ, ਇਹ ਬਹੁਤ ਸੋਹਣੀ ਗੱਲ ਹੈ ਜੀ, ਹੁਣ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਇੰਡਸਟਰੀ 'ਚ ਸਾਡੇ ਭੈਣ ਭਰਾ ਹੋਰ ਜਿਹੜੇ ਬਣ ਠਣ ਕੇ ਜੇ ਰਹਿੰਦੇ, ਅਤੇ ਅੱਜ ਕੱਲ੍ਹ ਐਂ ਕਰਦਾ ਖੈਰ ਮੈਂ ਵੀ ਪੈਂਟਾਂ ਪੁੰਟਾਂ ਜੀ ਤਾਂ ਪਾਉਣ ਲੱਗ ਗਿਆ, ਪਰ ਰੌਲਾ ਹੁਣ ਮੇਰੇ ਕੱਲ੍ਹ ਵੀ ਆਹੀ ਪਾਈ ਸੀ, ਕੱਲ੍ਹ ਮੈਂ ਖਾਣਾ ਲਾਉਣ ਗਿਆ ਸੀ, ਕੱਲ੍ਹ ਵੀ ਆਹੀ ਪਾਈ ਸੀ, ਅਤੇ ਅੱਜ ਹੁਣ ਤੜਕੇ ਮੈਂ ਜਦੋਂ ਘਰੋਂ ਨਿਕਲਿਆ ਤਾਂ ਮੇਰੇ ਸਾਹਮਣੇ ਆਹੀ ਦੇ ਗਈ ਤਾਂ ਮੈਂ ਇਹੀ ਚੱਕ ਕੇ ਪਾਇਆ, ਬਸ ਇੰਨਾ ਕੁ ਜ਼ਰੂਰ ਫਰਕ ਆਇਆ ਵੀ ਅਗਲੇ ਦਿਨ ਮੈਨੂੰ ਐਂ ਜਿਹਾ ਲੱਗਦਾ ਵੀ ਇਹ ਤਾਂ ਕੱਲ੍ਹ ਪਾਈ ਸੀ ਵੀ ਅੱਜ ਨਹੀਂ ਪਾਉਣੀ, ਸੋ ਉਹ ਵੀ ਇੱਕ ਜਾਣੀ ਜ਼ਿੰਦਗੀ ਦਾ ਪਾਰਟ ਹੈ, ਸੋ ਸੋਹਣੇ ਸੁਰੱਖੇ ਸਾਡੇ ਮੁੰਡੇ ਕੁੜੀਆਂ ਐਨ ਦੱਸ ਬੱਸ ਕੇ ਰਹਿਣ, ਟਾਵਰ ਕੱਢਣਾ ਆਉਂਦੀ ਕੁਛ ਨਹੀਂ ਹੁੰਦਾ, ਸੋ ਪਰ ਮੈਨੂੰ ਲੱਗਦਾ ਕਿ ਮੇਰੇ ਲਈ ਮੇਰਾ ਸੁਭਾਅ ਹੈ ਹੁਣ, ਇਹਨੂੰ ਮੈਂ ਹੁਣ ਬਦਲ ਨਹੀਂ ਸਕਦਾ, ਅਤੇ ਮੈਨੂੰ ਇੱਦਾਂ ਹੀ ਰਹਿਣਾ ਜੇ ਠੀਕ ਲੱਗਦਾ ਵਧੀਆ ਲੱਗਦਾ ਜੀ। ਇੱਕ ਚੀਜ਼ ਮੈਂ ਜ਼ਰੂਰ ਜਾਣਨਾ ਚਾਹਾਂਗੀ ਇੱਥੇ, ਕਿਉਂਕਿ ਜਦੋਂ ਕਾਲਜ ਟਾਈਮ ਸੀ ਤਾਂ ਤੁਸੀਂ ਬਹੁਤ ਸਾਰੇ ਰੈਸਟੋਰੈਂਟਸ ਦੇ ਵਿੱਚ ਤੁਸੀਂ ਗਾਉਣਾ ਸਟਾਰਟ ਕੀਤਾ, ਕਿਉਂਕਿ ਕਿਤੇ ਨਾ ਕਿਤੇ ਆਰਥਿਕ ਜੋ ਹਾਲਾਤ ਹੁੰਦੇ ਘਰ ਦੇ ਬੰਦਾ ਮਜਬੂਰ ਹੁੰਦਾ, ਚਾਹੇ ਤੁਸੀਂ ਆਪਣੀ ਮੈਸ ਫੀਸ ਜਿਹੜੀ ਉਹ ਦਿੰਦੇ ਰਹੇ, ਆਪਣੀ ਕਾਲਜ ਦੀ ਫੀਸ ਦਿੰਦੇ ਰਹੇ, ਸੋ ਅਗਰ ਕਵਰ ਸਰ ਉਸ ਟਾਈਮ ਦੀ ਗੱਲ ਕਰੀਏ ਤਾਂ ਕੋਈ ਕਿੱਸਾ ਜਾਂ ਕੋਈ ਯਾਦ ਜੋ ਤੁਸੀਂ ਆਡੀਅੰਸ ਨਾਲ ਸਾਂਝੀ ਕਰਨਾ ਚਾਹੋ? ਉਹਦੀਆਂ ਤਾਂ ਬੜੀਆਂ ਹੀ ਨੇ ਜੀ, ਉਹ ਤਾਂ ਹੁਣ ਕੀ ਦੱਸੀਏ ਤੁਹਾਨੂੰ, ਜਿਹੜੀ 2004 'ਚ ਮੈਂ ਪੜ੍ਹਨ ਗਿਆ ਅਤੇ 2011 'ਚ ਰਿਜ਼ਾਈਨ ਕੀਤਾ ਕਿ ਮੈਂ ਯੂਨੀਵਰਸਿਟੀ, ਕਿਉਂਕਿ ਉਦੋਂ ਮੈਂ ਸਰਵਿਸ ਕਰਦਾ ਸੀ, ਜੋਬ ਸੀਗੀ ਮੇਰੀ ਉੱਥੇ, ਤਾਂ ਹਰ ਰੋਜ਼ ਹੀ ਘਟਨਾਵਾਂ ਹੀ ਸੀਗੀਆਂ ਜੀ, ਕਿਉਂਕਿ ਨਾ ਕੋਈ ਅੱਗੇ ਨਾ ਪਿੱਛੇ, ਇੱਕ ਦੋਸਤਾਂ ਮਿੱਤਰਾਂ ਦਾ ਟੋਲਾ ਹੈ ਮੇਰੇ ਭਰਾ ਜੋ ਉਦੋਂ ਸੀਗੇ ਹੁਣ ਤੱਕ ਉਹੀ ਨੇ ਸਾਰੇ, ਸੋ ਦਿਨਾਂ ਦੇ ਵੀ ਕਿੱਸੇ ਸੀ, ਰਾਤਾਂ ਦੇ ਵੀ ਕਿੱਸੇ ਸੀ, ਅੱਧੀ ਰਾਤ ਦੇ ਵੀ ਕਿੱਸੇ ਸੀ, ਤੜਕੇ ਚੜ੍ਹਦੇ ਪਹਿਰ ਦੇ ਵੀ ਕਿੱਸੇ ਸੀ, ਸੋ ਗਾਉਂਦੇ ਰਹਿੰਦੇ ਸੀ,
ਬਾਲਕੋਨੀਆਂ 'ਚ ਬੈਠੇ ਹੋਸਟਲ ਦੀਆਂ 'ਚ ਆਏ, ਤੁਸੀਂ ਐਂ ਲਾ ਲਓ ਵੀ 40-40 50-50 ਮੁੰਡੇ ਆਸੇ ਪਾਸੇ ਦੇ ਕਮਰਿਆਂ ਦੇ, ਹੋਰ ਉੱਪਰਲੇ ਫਲੋਰ ਦੇ, ਗਰਾਊਂਡ ਫਲੋਰ ਦੇ, ਆ ਕੇ ਉੱਥੇ ਉਹਨਾਂ ਨੇ ਬੈਠ ਜਾਣਾ। ਪਤਾ ਹੀ ਸੀ ਵੀ ਸਾਡਾ ਹੀ ਹੈ ਕਮਰ, ਅਤੇ ਲਿਆ ਕੇ ਬਾਜਾ ਰੱਖ ਲੈਣਾ, ਬਸ ਗਾਈ ਜਾਣਾ, ਨੱਚੀ ਜਾਣਾ। ਇਹੋ ਜਿਹਾ ਕਦੇ ਵਾਰਡਨ ਸਾਹਿਬ ਨੇ ਆ ਜਾਣਾ, ਉਹਨਾਂ ਨੇ ਘੂਰ ਦੇਣਾ ਵੀ ਯਾਰ ਆਹ ਤੁਸੀਂ ਕਿਹੜੇ ਲੱਛਣ ਫੜੇ ਆ, ਵੀ ਕੋਈ ਪੜ੍ਹਨ ਵਾਲੇ ਵੀ ਹੈਗੇ ਇੱਥੇ, ਜੇ ਤੁਸੀਂ ਹੈਗੇ ਗੌਰ ਵਾਲੇ ਤਾਂ ਹੋਰ ਕੋਈ ਜਿਹੜੇ ਜਿਨ੍ਹਾਂ ਦੀ ਹੋਰ ਸਟੱਡੀ ਹੈ ਕੋਈ ਉਹ ਵੀ ਹੈਗੇ ਆ, ਫਿਰ ਹੋਸਟਲਾਂ 'ਚੋਂ ਕੱਢ ਵੀ ਦੇਣਾ। ਤਾਂ ਮੈਨੂੰ ਲੱਗਦਾ ਮੈਨੂੰ ਤਾਂ ਮੈਂ ਚਾਹ 6 'ਚੋਂ ਵੀ ਨਿਕਲਿਆ ਅਤੇ 5 'ਚੋਂ ਵੀ ਨਿਕਲਿਆ, ਤਾਂ 4 ਹਾਂ 3 'ਚੋਂ ਨਿਕਲਿਆ ਮੈਨੂੰ। ਹਾਂਜੀ ਮੈਂ ਤਾਂ 3 'ਚੋਂ ਕੱਢਿਆ ਸਾਡੇ ਵਾਰਡਨ ਸਾਹਿਬਾਨਾਂ ਨੇ, ਕਿਉਂਕਿ ਠੀਕ ਹੈ ਕਿਸੇ ਹੱਦ ਤੱਕ ਗਾਉਣਾ ਰਿਆਜ਼ ਕਰਨਾ ਠੀਕ ਹੁੰਦਾ। ਅਸੀਂ ਤਾਂ ਫਿਰ ਪੰਜਾਬੀ ਜਿਹਾ ਨਾਲੋਂ ਬਾਹਲੇ ਖੱਪੀ ਸੀ ਹਾਲੇ, ਜਾਣੀ ਨਜਾਇਜ਼ ਜਾਣੀ, ਅਤੇ ਇੱਕ ਮੇਰੇ ਦੋਸਤ ਮਿੱਤਰ ਵੀ ਸਾਰੇ ਸੁੱਖਣਾ, ਸਾਰੇ ਰਾਂਝੇ ਹੀ ਸੀ, ਸੋ ਸਾਰੇ ਰੱਜ ਕੇ ਸ਼ਰਾਰਤੀ ਸੀ, ਹੁਣ ਵੀ ਆਈ ਆ ਸਾਰੇ। ਸੋ ਠੀਕ ਆ, ਹੁਣ ਇੱਕ ਚਲੋ ਉਮਰਾਂ ਵੱਧ ਗਈਆਂ ਅਤੇ ਗ੍ਰਹਿਸਥੀ 'ਚ ਆ ਗਏ, ਬਾਲ ਬੱਚੇ ਵਾਲੇ ਹੋ ਗਏ ਸਾਰੇ ਅਸੀਂ, ਅਤੇ ਥੋੜ੍ਹੇ ਜਿਹੇ ਸਿਆਣੇ ਹੋ ਗਏ, ਪਰ ਹੁਣ ਵੀ ਜਦੋਂ ਅਸੀਂ ਕਦੇ ਇਕੱਠੇ ਸਾਰੇ ਮਿਲਦੇ ਹਾਂ, ਹੁਣ ਹੁਣ ਅੱਜ ਮੈਂ ਕੈਨੇਡਾ ਟੂਰ ਕਰਕੇ ਆਇਆ ਤਾਂ ਹੁਣ ਕਈ ਵੇਲੇ ਤਾਂ ਮੇਰੇ ਉੱਥੇ ਨੇ, ਇੱਕ ਵਿਨੀਪੈਗ ਬੈਠਾ ਹੈ, 2 ਕੈਲਗਰੀ ਬੈਠੇ ਹੈ, ਟੋਰਾਂਟੋ ਬੈਠੇ ਆ 4, ਸੋ ਇੱਧਰ ਵੈਨਕੂਵਰ ਸਰੀ ਵਾਲੇ ਪਾਸੇ ਬੈਠੇ ਹੈ, ਸੋ ਅਮਰੀਕਾ ਬੈਠੇ ਹੈ, ਹੁਣ ਅਮਰੀਕਾ ਵੀ ਨਾਲ ਸੀ ਮੇਰਾ ਟੂਰ, ਜਾਂ ਫਿਰ ਬਾਕੀ ਅਸੀਂ 4-5 ਇੱਥੇ ਪੰਜਾਬ 'ਚ ਹੈਗੇ। ਸੋ ਅੱਜ ਵੀ ਅਸੀਂ ਉਵੇਂ ਹੀ ਸਾਰੇ ਜਦੋਂ ਰਲ ਮਿਲ ਕੇ ਸਾਰੇ ਹੁੰਦੇ ਤਾਂ ਚੌੜ ਚੱਪੇ ਕਰਦੇ ਹਾਂ, ਸੋ ਇਹ ਸਾਰੀਆਂ ਯਾਦਾਂ ਹੀ ਨੇ ਜੀ। ਸੋ ਮੇਰੇ ਸੁਣਨ 'ਚ ਗੱਲ ਆਈ ਸੀ ਕਿ ਇਹ ਸੱਚ ਹੈ ਕਿ ਹਾਂ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਗੁਣਗੁਣਾਉਂਦੇ ਹੋਏ ਸੁਣਿਆ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਸ ਲਾਈਨ ਦੇ ਵਿੱਚ ਆਪਣਾ ਇਸਨੂੰ ਪ੍ਰੋਫੈਸ਼ਨ ਬਣਾਇਆ ਜਾ ਰਿਹਾ, ਉਹਦੇ ਬਾਰੇ ਦੱਸੋ ਕਿਵੇਂ ਚੀਜ਼ ਹੋਈ ਸੀ। ਹਾਂਜੀ ਬਸ ਮੈਂ ਇੱਦਾਂ ਹੀ ਸੰਗਦਿਆਂ ਸਿਖਾਉਂਦਿਆਂ ਆਪਦੇ ਕਮਰੇ 'ਚ ਗਾਉਂਦਾ ਨੱਚਦਾ ਹੁੰਦਾ ਸੀ, ਥੋੜ੍ਹਾ ਚੋਰੀਓ ਕਰਦਾ ਤੂੰ ਸੰਗ ਜੀ ਸਿੱਖ, ਅਤੇ ਬਸ ਉਹ ਫਾਦਰ ਸਾਹਿਬ ਨੇ ਇੱਕਦਮ ਦੇਖ ਲਿਆ, ਤਾਂ ਸ਼ਾਮ ਨੂੰ ਚੁੱਲ੍ਹੇ 'ਤੇ ਮੇਰੀ ਮਾਂ ਰੋਟੀਆਂ ਲਾਉਂਦੀ ਸੀ, ਤਾਂ ਉਦੋਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਜੇ ਗਾਉਣਾ ਤਾਂ ਗਾ ਪਰ ਸਿੱਖ ਕੇ ਗਾ, ਵੀ ਟ੍ਰੇਨਿੰਗ ਲੈ ਇੱਕ ਤੋਂ। ਤਾਂ ਫਿਰ ਮੇਰੇ ਪਹਿਲੇ ਉਸਤਾਦ ਜਿਹੜੇ ਮੇਰੇ ਨਾਲ ਦੇ ਪਿੰਡ ਦੇ ਉੱਥੋਂ ਮਹਿਮੇ ਸਰਜੇ ਤੋਂ, ਮੇਰਾ ਮਹਿਮਾ ਸਵਾਈ ਹੈ ਜੀ, ਤਾਂ ਸਰਦਾਰ ਗੁਰਜੰਟ ਸਿੰਘ ਕਲਿਆਣ ਸਾਹਿਬ, ਉਹ ਮੇਰੇ ਪਹਿਲੇ ਉਸਤਾਦ ਸੀ, ਸੋ ਉੱਥੋਂ ਫਿਰ ਮੈਂ ਸਿੱਖਣਾ ਸ਼ੁਰੂ ਕੀਤਾ ਜੀ। ਪਹਿਲੇ ਗੀਤ ਦੀ ਗੱਲ ਕਰੀਏ ਤਾਂ ਬਾਬਾ ਬੇਲੀ ਜੀ ਨੇ ਤੁਹਾਡੇ ਸਾਹਮਣੇ ਇੱਕ ਸ਼ਰਤ ਰੱਖੀ ਸੀ, ਇੱਕ ਤਾਂ 7 ਰੁਪਿਆਂ ਵਾਲੀ ਤੇ ਇੱਕ ਅੱਖਾਂ ਦੇ ਵਿੱਚ ਪਾਣੀ ਲਿਆਉਣਾ ਹੈ। ਹਾਂਜੀ ਉਹਦੇ ਬਾਰੇ ਦੱਸੋ, ਉਹ ਫਿਰ ਚੀਜ਼ ਕਿਵੇਂ ਪੋਸੀਬਲ ਹੋਈ ਸੀ? 7 ਰੁਪਏ ਦੇਣੇ ਤਾਂ ਸੌਖੇ ਸੀ, ਦੂਜੀ ਕੰਡੀਸ਼ਨ ਬੜੀ ਔਖੀ ਸੀ। ਬਾਬਾ ਮੇਰੇ ਬੇਲੀ ਹੈ ਜੀ, ਸੋ ਇਸ ਲਈ ਬਾਬਾ ਬੇਲੀ ਹੈ, ਬਹੁਤ ਕਮਾਲ ਦਾ ਇਨਸਾਨ ਆ, ਤੇ ਸ਼ਬਦ ਪੱਖੋਂ, ਤਰਜ਼ਾਂ ਪੱਖੋਂ, ਰੂਹ ਪੱਖੋਂ ਮਹਾਰਾਜ ਨੇ ਬੜੀ ਨਿਗਰਤਾ ਦਿੱਤੀ ਉਸ ਬੰਦੇ ਨੂੰ ਇਸ ਜਨਮ 'ਚ, ਅਤੇ ਉਦੋਂ ਬੜਾ ਜਾਣੀ ਉਹ ਬਹੁਤ ਵੱਡਾ ਗੀਤ ਜਿਵੇਂ ਕਹਿੰਦੇ ਨੇ, ਜਦੋਂ ਤੁਹਾਡਾ ਆਗਾਜ਼ ਹੀ ਇਸ ਤਰ੍ਹਾਂ ਹੋਵੇ ਕਿ ਬੇਬੇ ਹੋਰਾਂ ਦਾ ਧਾਰਨਾ ਪੜ੍ਹਨਾ ਗੁਰੂ ਘਰ ਦੇ ਵਿੱਚ, ਉਸ ਲਾਈਨ ਦਾ ਫਿਰ ਬੇਬੇ ਤੋਂ ਆਗਿਆ ਲੈ ਕੇ ਬਾਬੇ ਬੇਲੀ ਤੱਕ ਪਹੁੰਚਦਾ ਕਰਨਾ, ਵੀ ਬੇਬੇ ਹੋਰਾਂ ਨੇ ਅਜਾ ਗਾਇਆ ਵੀ ਉਹ ਤਾਂ ਅੱਖੀਆਂ ਨੇ ਹੋਰ ਜਿਹਨਾਂ ਨੂੰ ਤੂੰ ਦੱਸਦਾ, ਫਿਰ ਬਾਬੇ ਨੇ ਇਹ ਗੀਤ ਲਿਖਿਆ। ਅਤੇ ਹਾਂ ਸ਼ਰਤਾਂ ਰੱਖੀਆਂ ਸੀ ਦੋਨੇ ਵੀ 7 ਰੁਪਈਏ ਲਊਂਗਾ, ਅਤੇ ਇੱਕ ਮੈਨੂੰ ਇਹੋ ਜਿਹਾ ਗੀਤ ਸੁਣਾ ਵੀ ਜਿਹਨੂੰ ਸੁਣ ਕੇ ਮੈਂ ਭਾਵੁਕ ਹੋਵਾਂ ਅਤੇ ਮੈਂ ਰੋਵਾਂ। ਫਿਰ ਉਹ ਮੈਂ ਲਾਜਪਾਲਾਂ ਦੇ ਲੜ ਲੱਗੀ ਥੋੜ੍ਹਾ ਜਿਹਾ, ਤਾਂ ਜ਼ਰੂਰ ਉਹ ਵੀ ਜਿਸ ਗੀਤ ਦੇ ਕਰਕੇ ਤੁਹਾਨੂੰ ਪਹਿਲਾਂ ਗੀਤ ਮਿਲਿਆ, ਥੋੜ੍ਹਾ ਜਿਹਾ ਜ਼ਰੂਰ। ਦੁਆ ਮੰਗਿਆ ਕਰੋ ਸੰਗਿਓ, ਕਿਤੇ ਮੁਰਸ਼ਦ ਨਾ ਰੁਸ ਜਾਵੇ, ਕਿਤੇ ਮੁਰਸ਼ਦ ਨਾ ਰੁਸ ਜਾਵੇ, ਜਿੰਨਾ ਦੇ ਪੀ ਹਾਂ ਰੁਸ ਜਾਂਦੇ, ਉਹ ਜਿਉਂਦੇ ਨਾ ਮਰੇ ਰਹਿੰਦੇ। ਮੈਂ ਲੱਜ ਪਾਲਾ ਦੇ ਲੜ ਲੱਗੀਆ, ਮੇਰੇ ਤੋਂ ਗਮ ਪਰੇ ਰਹਿੰਦੇ ਮੇਰੇ। ਸੋ ਇਹ ਗੀਤ ਸੀ, ਉਸ ਦਿਨ ਕਿਸੇ ਹੋਰ ਅਸਰ 'ਚ ਹੋਊਗਾ, ਸੋ ਬਾਬੇ ਹੋਰਾਂ ਦੇ ਮਨ ਨੂੰ ਲੱਗਿਆ ਤਾਂ ਫਿਰ ਵਿਰਾਗੀ ਹੋਇਆ ਬਾਬਾ। ਬੜੇ ਸਾਰੇ ਸੁਪਨੇ ਹੁੰਦੇ ਸਾਡੀ ਸਭ ਦੀ ਜ਼ਿੰਦਗੀ ਦੇ ਵਿੱਚ, ਤੁਹਾਡਾ ਸੁਪਨਾ ਸੀ ਆਪਣੇ ਮਾਤਾ ਪਿਤਾ ਦੇ ਲਈ ਘਰ ਬਣਾਉਣਾ, ਜੋ ਤੁਸੀਂ ਪੂਰਾ ਕੀਤਾ, ਹੁਣ ਵੀ ਕੋਈ ਖੁਆਬ ਹੈ ਅਧੂਰਾ ਜਿਹੜਾ ਤੁਸੀਂ ਪੂਰਾ ਕਰਨਾ ਚਾਹੁੰਦੇ? ਨਹੀਂ ਜੀ, ਮਹਾਰਾਜ ਨੇ ਸਾਰੇ ਪੂਰੇ ਕਰਦੇ, ਸੋ ਹੁਣ ਮੈਨੂੰ ਨਹੀਂ ਲੱਗਦਾ ਕੋਈ ਕੋਈ ਦੁਨਿਆਵੀ ਦੁਨੀਆਂ 'ਚ ਮੈਂ ਕੋਈ ਚੀਜ਼ ਕਹਾਂਗੇ ਯਾਰ ਵੀ ਮਹਾਰਾਜ ਆਹ ਵੀ ਦੇ ਦਿਓ, ਨਹੀਂ ਹੁਣ ਤਾਂ ਉਹਨਾਂ ਨੇ ਵੀ ਪਾ ਰੱਖਿਆ, ਅਤੇ ਹੁਣ ਤਾਂ ਇਹ ਲੱਗਦਾ ਹੁੰਦਾ ਵੀ ਆਹ ਮੇਰੇ ਵਾਲੀਆਂ ਬਾਈਪਾਸ ਕਰਕੇ ਕਿਸੇ ਹੋਰ ਪਾਸੇ ਵੀ ਭੇਜ ਦਿਓ ਮਹਾਰਾਜ। ਸੋ ਬਹੁਤ ਨੇ ਹੁਣ ਐਨ ਅਪਾਰ ਕਿਰਪਾ ਮਹਾਰਾਜ ਦੀ ਇਸ ਪਾਸੋਂ, ਅਤੇ ਹੁਣ ਤਾਂ ਉਹ ਜਿਹੜੀ ਗੱਲ ਹੈ ਨਾ ਕਿ ਇਹ ਤਾਂ ਜੱਗ ਵਾਲਾ ਪਾਸਾ ਹੋ ਗਿਆ, ਰੱਬ ਵਾਲੇ ਪਾਸੇ ਫਿਰ ਕੀ ਹੈ? ਤੁਹਾਡੇ ਕੋਲ ਉਸ ਫ੍ਰੀਕੁਐਂਸੀ 'ਚ ਕੋਈ ਮੇਲ ਖਾਣ ਵਾਲੀ ਚੀਜ਼ ਹੈਗੀ ਹੈ? ਤੁਹਾਡੇ ਕੋਲ ਐਕਟੀਵੇਸ਼ਨ ਕਿੰਨੀ ਹੈਗੀ ਹੈ? ਤੁਸੀਂ ਕੀ ਸੋਚਦੇ ਹੋ ਵੀ ਵਾਪਸ ਜਾਣਾ ਵੀ ਹੈ ਕਿਤੇ, ਜਾਂ ਇੱਥੇ ਹੀ ਖਾੜੇ ਲਾਉਣੇ, ਅਗਲੀ ਵਾਰ ਫਿਰ ਆ ਕੇ ਇੱਥੇ ਪ੍ਰੋਗਰਾਮ ਕਰਨੇ? ਸੋ ਹੁਣ ਉਸ ਪਾਸੇ ਨੂੰ ਵੀ ਜ਼ਰੂਰ, ਕਿਉਂਕਿ ਇੱਕ ਬਹੁਤ ਵੱਡਾ ਕਿਰਦਾਰ ਮੇਰੀ ਜ਼ਿੰਦਗੀ 'ਚ ਜਿਹੜਾ ਮੈਨੂੰ ਮਹਾਰਾਜ ਨੇ ਬੇਬੇ ਬਖਸ਼ੀ ਹੈ,
ਸੋ ਉਹਨਾਂ ਵੱਲੋਂ ਉਹ ਜਿਹੜਾ ਮੈਸੇਜ ਮੇਰੇ ਹੁਣ ਅੰਦਰ ਵਸਿਆ ਹੈ, ਸੋ ਉਸ ਪਾਸੇ ਲਈ ਰਿਸਪੋਂਸੀਬਲ ਹੈ ਕਿ ਮਰਨ ਤੋਂ ਪਹਿਲਾਂ ਜਾਂ ਇਸ ਵਾਰੀ ਕੋਈ ਥੋੜ੍ਹਾ ਬਹੁਤਾ ਕੰਮ ਕਰ ਦਈਏ। ਕਿਉਂਕਿ ਜਦੋਂ ਤੁਸੀਂ ਭੀੜ 'ਚ ਹੁੰਦੇ ਹੋ ਨਾ ਬਾਈ, ਇੱਥੇ ਜਾਣੀ ਇਸ ਪਾਸੇ ਚਾਂਸ ਬਹੁਤ ਘੱਟ ਜਾਂਦੇ ਆ, ਕਿਉਂਕਿ ਦੁਨੀਆ ਵੱਲੋਂ ਤੁਹਾਨੂੰ ਐਪਰੀਸ਼ੀਏਟ ਕਰਨਾ, ਵਾਹ ਵਾਹ ਤੁਹਾਨੂੰ ਮਿਲਣੀ, ਥੋੜ੍ਹਾ ਦਿਮਾਗ ਖਰਾਬ ਕਰਨੀ ਹੈ ਚੀਜ਼ਾਂ, ਅਤੇ ਤੁਹਾਨੂੰ ਆਹੀ ਸੱਚ ਲੱਗਣ ਲੱਗ ਜਾਂਦਾ ਕਿ ਗੀਤ, ਸੰਗੀਤ, ਸ਼ੋਅਜ਼, ਬਾਹਰ ਦੇ ਸ਼ੋਅਜ਼, ਕਾਰਾਂ, ਕੋਠੀਆਂ, ਬੱਲੇ ਬੱਲੇ ਫੋਟੋਆਂ, ਆਟੋਗ੍ਰਾਫ, ਤੁਹਾਨੂੰ ਸੱਚ ਲੱਗਣ ਲੱਗ ਜਾਂਦਾ। ਪਰ ਇਹ ਸੱਚ ਨਹੀਂ ਹੈ, ਸਾਰਾ ਕੁਝ ਝੂਠ ਹੈ। ਅਤੇ ਜਿੱਥੇ ਜਾ ਕੇ ਮਹਾਰਾਜ ਨੂੰ ਮੂੰਹ ਦਿਖਾਉਣਾ ਹੈ, ਉਹ ਤੁਸੀਂ ਵੀ ਦਿਖਾਉਣਾ ਔਰ ਮੈਂ ਵੀ ਦਿਖਾਉਣਾ ਔਰ ਜਿਹੜੇ ਸੁਣ ਦੇਖ ਰਹੇ ਇਹਨਾਂ ਨੇ ਵੀ ਦਿਖਾਉਣਾ। ਸੋ ਜੇ ਕਿਤੇ ਮਾੜਾ ਮੋਟਾ ਉਧਰਲੇ ਪਾਸੇ ਮਹਾਰਾਜ ਨਹੀਂ ਉਹ ਖੈਰ ਪੈ ਜੇ, ਤਾਂ ਫਿਰ ਮੇਰੇ ਨਾਲ ਹੋਰ ਸੋਹਣੀ ਹੋ ਜਾਊਗੀ ਯਾਤਰਾ। ਸੋ ਅੱਜ ਦੀ ਗਾਇਕੀ ਦੀ ਗੱਲ ਕਰੀਏ ਤਾਂ ਗਾਇਕੀ ਦਾ ਕਿੰਨਾ ਜ਼ਿਆਦਾ ਪ੍ਰਭਾਵ ਸਾਡੀ ਸੋਸਾਇਟੀ 'ਤੇ ਪੈ ਰਿਹਾ ਤਾਂ ਅਸੀਂ ਸਾਰੇ ਹੀ ਦੇਖ ਰਹੇ ਹਾਂ। ਸੋ ਸਰ ਤੁਹਾਨੂੰ ਕੀ ਲੱਗਦਾ ਕਿ ਇੱਕ ਗਾਇਕ ਦੀਆਂ ਕੀ ਜ਼ਿੰਮੇਵਾਰੀਆਂ ਨੇ ਸੋਸਾਇਟੀ ਨੂੰ ਲੈ ਕੇ? ਸੋਸਾਇਟੀ ਨੂੰ ਲੈ ਕੇ ਦੋ ਹੀ ਜ਼ਿੰਮੇਵਾਰੀਆਂ ਨੇ ਖੁਸ਼ੀ ਜੀ। ਇੱਕ ਤਾਂ ਜੋ ਸੋਸਾਇਟੀ 'ਚ ਚੰਗਾ ਹੋ ਰਿਹਾ ਉਹ ਆਪਦੇ ਗੀਤਾਂ 'ਚ ਗਾਵੇ, ਇੱਕ ਚੰਗਾ ਨਹੀਂ ਹੋ ਰਿਹਾ ਤਾਂ ਉਹ ਗਾਵੇ। ਮੇਲਾ ਦਾ ਔਰ ਇਹਦੇ ਸਾਰਾ ਕੁਛ ਹੀ ਆ ਜਾਂਦਾ। ਫਲਸਫੇ ਆ ਸਾਡੇ ਕੋਲ, ਸਾਡਾ ਧਰਮ ਹੈ, ਸਾਡੀ ਰਾਜਨੀਤੀ ਹੈ, ਸਾਡੀ ਸੋਸ਼ਲ ਲਾਈਫ ਹੈ, ਸਾਡੀ ਇਕਾਨਮੀ ਹੈ, ਰਿਸ਼ਤੇ ਨਾਤੇ ਆ ਸਾਰੇ। ਸੋ ਮੇਰੇ ਖਿਆਲ 'ਚ ਸਾਰਿਆਂ 'ਚ ਚੰਗਾ ਬੁਰਾ ਹੋ ਹੀ ਰਿਹਾ। ਸੋ ਸਾਰਿਆਂ ਨੂੰ ਆਪਣੇ ਜਾਣੀ ਉਸ ਜਿੰਦਾ ਦਿਲੀ ਦੇ ਨਾਲ, ਬੇਬਾਕੀ ਦੇ ਨਾਲ ਆਪਣੇ ਗੀਤਾਂ 'ਚ ਰੱਖਣਾ। ਮੇਲਾ ਦਾ ਇੱਕ ਗਵਈਏ ਦਾ, ਇੱਕ ਪੋਲੀਟੀਸ਼ੀਅਨ ਦਾ, ਇੱਕ ਮੀਡੀਆ ਪਰਸਨ ਦਾ, ਗੁਰੂ ਘਰਾਂ 'ਚ ਬੈਠੇ ਸੇਵਾਦਾਰਾਂ ਦਾ, ਅਤੇ ਸਾਡੇ ਸੋਸ਼ਲ ਵਰਕਰਾਂ ਦਾ, ਇਹ ਸਾਰੇ ਮੇਰੇ ਖਿਆਲ 'ਚ ਬੜੇ ਕਮਾਲ ਦੇ ਡਿਪਾਰਟਮੈਂਟਸ ਨੇ। ਸਾਰੇ ਓਨੈਸਟਲੀ ਜੇ ਕਿਤੇ ਆਪਣੇ ਓਪੀਨੀਅਨ ਇਸ ਪਾਸੇ ਦੇਣ ਤਾਂ ਮੈਨੂੰ ਲੱਗਦਾ ਕਿ ਬਹੁਤ ਭਾਲਾ ਹੋ ਸਕਦਾ। ਸੋ ਉਹਨਾਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ ਕਿ ਵੀ ਆਲ ਰਿਸਪੋਂਸੀਬਲ ਫੋਰ ਦੈਟ। ਜੀ, ਬਹੁਤ ਵਾਰ ਚੀਜ਼ਾਂ ਦੀ ਅਸੀਂ ਗੱਲ ਕਰਦੇ ਬਹੁਤ ਸਾਰੇ ਗਾਇਕਾਂ ਦੇ ਨਾਲ, ਤਾਂ ਉਹਨਾਂ ਵੱਲ ਕਿਹਾ ਜਾਂਦਾ ਅਸੀਂ ਉਹੀ ਪਰੋਸਦੇ ਹਾਂ ਜੋ ਆਡੀਅੰਸ ਸੁਣਨਾ ਚਾਹੁੰਦੀ ਹੈ, ਜੇਕਰ ਅਸੀਂ ਉਹਨਾਂ ਦਾ ਨਹੀਂ ਪਰੋਸਾਂਗੇ ਤਾਂ ਅਸੀਂ ਘਰ ਬੈਠ ਜਾਵਾਂਗੇ। ਪਰ ਤੁਸੀਂ ਇੱਕ ਆਪਣੀ ਲੀਹ 'ਤੇ ਚੱਲ ਰਹੇ ਹੋ ਅਤੇ ਮੈਂ ਇੱਥੇ ਜਾਣਨਾ ਚਾਹਾਂਗੀ ਕਿ ਫਿਰ ਤੁਸੀਂ ਘਰ ਬੈਠੇ ਹੋ। ਸਭ ਤੋਂ ਵੱਧ ਪੈਸੇ ਕਮਾ ਰਹੇ ਮੈਂ, ਬਾਈ ਸਤਿੰਦਰ ਸਰਤਾਜ ਹੈ, ਸਭ ਤੋਂ ਵੱਧ ਸ਼ੋਅਜ਼ ਨੇ ਉਹਨਾਂ ਕੋਲ, ਰਣਜੀਤ ਬਾਵਾ ਹੈ, ਅੱਜ ਨਾ ਦਿਨਾਂ 'ਚ ਫੋਨ ਕਰਕੇ ਦੇਖੋ ਇੱਕ ਦਿਨ ਵੀ ਨਹੀਂ ਮਿਲਣਾ। ਰਾਜਵੀਰ ਜਵੰਦਾ ਹੈ, ਪੰਮਾ ਡੂਬੇ ਵਾਲੀ ਹੈ, ਮਨਮੋਹਨ ਵਾਰਸ ਬਾਈ ਹੈ, ਕਮਲ ਹੀਰ ਹੈ, ਪੁੱਛ ਕੇ ਵਿਆਹ ਦੀ ਡੇਟ ਰੱਖਦੇ ਆ ਅਗਲੇ। ਔਰ ਇਹ ਉਹ ਗਵਈਏ ਹੈ, ਗੁਰਦਾਸ ਮਾਨ ਸਾਹਿਬ ਹੈ, ਸਭ ਤੋਂ ਵੱਡਾ ਬਜ਼ੁਰਗ ਹੈ ਸਾਡਾ, 40 ਸਾਲ ਇੰਡਸਟਰੀ ਜਾਣੀ ਰਾਜ ਹੈ ਇੱਕ ਤਰ੍ਹਾਂ ਦਾ ਉਹਨਾਂ ਦਾ। ਸੋ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਕੁਛ ਗਲਤ ਗਾਇਆ ਹੀ ਨਹੀਂ, ਨਾ ਤਾਂ ਕੋਈ ਹਥਿਆਰ ਦਾ ਗੀਤ ਗਾਇਆ ਇਹਨਾਂ ਨੇ, ਨਾ ਕਦੇ ਸਾਡੀਆਂ ਕੁੜੀਆਂ ਚਿੜੀਆਂ ਨੂੰ ਕੁਛ ਗਲਤ ਬੋਲਿਆ, ਅਤੇ ਨਾ ਹੀ ਇਹਨਾਂ ਨੇ ਕੋਈ ਆਹ ਇੱਕ ਪੈਗ ਲਾ ਲਓ ਜੂ ਦੋ ਪੈਗ ਲਾ ਲਓ ਆਹ ਕੀਤਾ ਇਹਨਾਂ ਨੇ। ਸੋ ਇਹਨਾਂ ਨੇ ਤਾਂ ਬੜਾ ਹੀ ਸਾਫ਼ ਸੁਥਰਾ ਗਾਇਆ, ਅਤੇ ਇਹ ਲੈਜੈਂਡ ਨੇ ਸਾਰੇ ਜੀ, ਇਹ ਸਾਰੇ ਲੈਜੈਂਡ ਲੋਕ ਨੇ ਕਿ ਜਿਨ੍ਹਾਂ ਦੀਆਂ ਕਹਾਣੀਆਂ ਰਹਿੰਦੀ ਦੁਨੀਆ ਤੱਕ ਪੈਂਦੀਆਂ। ਕੁਲਦੀਪ ਮਾਨਕ ਸਾਹਿਬ ਹੈ, ਬਾਬਾ ਸਦੀਕ ਸਾਹਿਬ ਹੈ, ਇਹਨਾਂ ਨੇ ਤਾਂ ਕੁਛ ਗਲਤ ਗਾਇਆ ਹੀ। ਬਾਬਾ ਜਮਲਾ ਜੱਟ ਹੈ, ਭਗਤੀ, ਐਂ ਲੱਗਦਾ ਜਦੋਂ ਬਾਬੇ ਜਮਲਾ ਜੱਟ ਨੂੰ ਸੁਣਦੇ ਵੀ ਭਗਤੀ ਕਰ ਰਹੇ ਹਾਂ ਅਸੀਂ, ਵੀ ਮੈਡੀਟੇਸ਼ਨ ਹੋ ਰਹੀ ਹੈ। ਸੋ ਔਰ ਇਹ ਸਾਰੇ ਬਿਜ਼ੀ ਕਲਾਕਾਰ ਨੇ, ਇਹ ਉਹ ਖਾੜਿਆਂ ਵਾਲੇ ਕਲਾਕਾਰ ਨੇ ਕਿ ਜਿਹੜੇ ਸਾਲ ਦੇ ਵਿੱਚ 2-2.5 ਸੌ ਖਾੜਾ ਲਾਉਂਦੇ ਆ। ਸੋ ਇਹ ਧਾਰਨਾ ਨਹੀਂ ਹੈਗੀ ਕਿ ਲੋਕ ਸੁਣਦੇ, ਲੋਕ ਤਾਂ ਚੰਗਾ ਸੁਣਨਾ ਚਾਹੁੰਦੇ, ਪੰਜਾਬੀ ਕਿਤੇ ਗਲਤ ਸੁਣ ਹੀ ਨਹੀਂ ਸਕਦਾ। ਸੋ ਜਿਵੇਂ ਦੀ ਗਾਇਕੀ ਹੁਣ ਚੱਲ ਰਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਿਊਜ਼ਿਕ ਇੰਡਸਟਰੀ ਨੂੰ ਖਾਮਿਆਂ ਜਾਂ ਭੁਗਤਣਾ ਪਏਗਾ ਫਿਰ ਜੋ ਕੁਛ ਹੁਣ ਚੱਲ? ਦੇਖੋ ਪੈਰਲਰ ਚੱਲਦੀਆਂ ਸਾਰੀਆਂ ਚੀਜ਼ਾਂ, ਚੰਗਾ ਗਵਈਆ, ਮਾੜਾ ਗਵਈਆ, ਚੰਗਾ ਨੇਤਾ, ਮਾੜਾ ਨੇਤਾ, ਚੰਗਾ ਮੀਡੀਆ, ਮਾੜਾ ਮੀਡੀਆ, ਅਤੇ ਚੰਗਾ ਗੁਰੂ ਅਤੇ ਠੱਗ ਸਾਧ, ਇਹ ਸਾਰੀਆਂ ਚੀਜ਼ਾਂ ਪੈਰਲਰ ਚੱਲਦੀਆਂ ਨੇ। ਇਹ ਤਾਂ ਤੁਹਾਡੀ ਮੈਂਟੈਲਿਟੀ 'ਤੇ ਹੈ ਕਿ ਤੁਸੀਂ ਚੂਜ਼ ਕੀ ਕਰਨਾ, ਕਿ ਮੰਡੀ 'ਚ ਤਾਂ ਸਾਰਾ ਕੁਛ ਹੀ ਹੁੰਦਾ। ਇਹ ਤਾਂ ਨਾਲੇ ਇਹ ਕਿਹੜਾ ਕੋਈ ਆਇਆ ਵੀ ਹੁਣ ਹੈ, ਠੀਕ ਹੈ। ਅੱਜ ਕੱਲ੍ਹ ਇੱਕ ਜਿਹੜੀ ਨਾ ਅੱਖ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੀ ਹੈ, ਚਰਚਾ ਕਿਉਂ ਛਿੜੀ ਅੱਜ ਕੱਲ੍ਹ? ਇੱਕ ਤਾਂ ਮੀਡੀਆ ਜਾਣੀ ਸਾਡੇ ਕੋਲ ਕਿਸੇ ਚੀਜ਼ ਦੀ ਸਾਡੇ ਤੱਕ ਪਹੁੰਚ ਬਹੁਤ ਈਜ਼ੀ ਹੋ ਗਈ ਹੁਣ। ਅੱਜ ਕੱਲ੍ਹ ਫੋਨਾਂ 'ਚ ਤੁਸੀਂ ਯੂਟਿਊਬ ਖੋਲ੍ਹ ਲਓ, ਫੇਸਬੁੱਕ ਖੋਲ੍ਹ ਲਓ, ਇੰਸਟਾ ਖੋਲ੍ਹ ਲਓ, ਹੋਰ ਬਹੁਤ ਕੁਛ ਹੋਊਗਾ ਇਹਦੇ 'ਚ। ਸੋ ਉਹ ਸਾਰਾ ਖੋਲ੍ਹ ਕੇ ਸਾਡੇ ਤੱਕ ਪੰਜਾਬ ਦੀ ਗਲੀ ਗਲੀ 'ਚ ਕੀ ਹੋ ਰਿਹਾ, ਉਹ ਚੀਜ਼ਾਂ ਸਾਡੇ ਤੱਕ ਪਹੁੰਚ ਬਹੁਤ ਛੇਤੀ ਰਹੀਆਂ। ਅਤੇ ਇੱਕ ਚੀਜ਼ ਕਿਹੜੀ ਸੀ, ਗੀਤ ਪਹਿਲਾਂ ਵੀ ਸੀਗੇ ਇਸ ਤਰ੍ਹਾਂ ਦੇ, ਪਰ ਉਹ ਗੀਤ ਸਿਰਫ ਸਾਨੂੰ ਆਡੀਓ ਮਿਲਦਾ ਸੀ, ਔਰ ਉਹ ਵੀ ਪਹੁੰਚਣ ਦੇ ਸਾਧਨ ਨਹੀਂ ਸੀ ਸਾਡੇ ਕੋਲ ਬਾਹਲੇ, ਰੇਡੀਓ ਸੀ ਅਤੇ ਜਾਂ ਉਹ ਟੇਪ ਰਿਕਾਰਡ ਸੀ, ਉਹ ਵੀ ਕੋਈ ਬਾਹਲਾ ਨਹੀਂ ਕਿ ਥਾਂ ਥਾਂ 'ਤੇ ਪਏ। ਅੱਜ ਕੱਲ੍ਹ ਤੁਹਾਨੂੰ ਥਾਂ ਥਾਂ ਚੀਜ਼ਾਂ ਪਈਆਂ। ਸਭ ਤੋਂ ਵੱਡੀ ਘਟਨਾ ਕੀ ਹੈ, ਅੱਖ ਦਾ ਦੋਸ਼ ਜਿਵੇਂ ਕਹਿੰਦੇ ਹਾਂ ਜੀ, ਜਿਹੜੀ ਪਿਕਚਰਾਈਜੇਸ਼ਨ ਹੈ ਨਾ, ਜਿਹੜੀ ਇੱਕ ਵੀਡੀਓ ਆਉਣ ਲੱਗ ਗਈ ਅੱਜ ਕੱਲ੍ਹ, ਉਹ ਜਦੋਂ ਗੀਤ ਵੀ ਉਹੋ ਜਿਹਾ ਹੀ ਹੈ ਅਤੇ ਉਹਦੀ ਵੀਡੀਓ ਵੀ ਉਹੋ ਜਿਹੀ ਹੈ, ਅਤੇ ਉਹ ਚੀਜ਼ਾਂ ਨੇ ਫਿਰ ਬਹੁਤ ਅਸਰ ਕੀਤਾ ਹੈ। ਉਸ ਚੀਜ਼ ਨੂੰ ਸਾਡੇ ਲੋਕਾਂ ਨੇ ਫਿਰ ਜਾਣੀ ਰੱਜ ਕੇ ਕ੍ਰਿਟੀਸਾਈਜ਼ ਵੀ ਕੀਤਾ ਅਤੇ ਰੱਜ ਕੇ ਕਬੂਲਿਆ ਵੀ ਹੈ। ਤਾਂ
ਤਾਂ ਕਰਕੇ ਕਹਿੰਦਾ ਸਾਰਾ ਜਾਣੀ ਉਹ ਬਲਬੋਬਾ ਜਿਹਾ ਬਣ ਗਿਆ ਅਤੇ ਪਰ ਇਹ ਚੱਲਣਗੀਆਂ ਪੈਰਲ ਚੱਲਣਗੀਆਂ ਸਾਰੀਆਂ ਚੀਜ਼ਾਂ ਹੈ ਨਾ ਅਤੇ ਸਾਰੇ ਦੌਰ ਆਉਣਗੇ ਪਰ ਆਪਾਂ ਪੰਜਾਬ ਵਾਲੇ ਹਾਂ ਅਤੇ ਆਪਾਂ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਦੀ ਜ਼ਿੰਦਗੀ ਬਸਰ ਕਰਨ ਵਾਲੇ ਲੋਕ ਹਾਂ ਠੀਕ ਹੈ ਫਲਸਫੇ ਨੂੰ ਪਛਾਣੋ ਆਪਦੇ ਆਪ ਨੂੰ ਪਛਾਣੋ ਦੇਖੋ ਸੱਚ ਕੀ ਹੈ ਅਤੇ ਝੂਠ ਕੀ ਹੈ ਸੱਚ ਦੇ ਨਾਲ ਖੜ ਜਾਓ ਜੀ ਜਦੋਂ ਵੀ ਤੁਹਾਡਾ ਨਾਮ ਆਉਂਦਾ ਤਾਂ ਇੱਕ ਚੀਜ਼ ਜ਼ਰੂਰ ਆਉਂਦੀ ਸੂਫੀ ਗਾਇਕ ਅਵਰ ਗਰੇਵਾਲ ਜੀ ਬਟ ਮੈਂ ਇੱਕ ਇੰਟਰਵਿਊ 'ਚ ਦੇਖ ਰਹੀ ਸੀ ਤੁਸੀਂ ਕਹਿ ਰਹੇ ਸੀ ਕਿ ਨਹੀਂ ਮੈਂ ਸੂਫੀ ਗਾਇਕ ਨਹੀਂ ਹਾਂ ਕਿਉਂ ਤੁਹਾਨੂੰ ਇਹ ਚੀਜ਼ ਲੱਗਦੀ ਤੁਸੀਂ ਚੀਜ਼ ਕਹੀ ਸੂਫੀ ਗਾਇਕ ਨਹੀਂ ਹੁੰਦੇ ਸੂਫੀ ਫਕੀਰ ਹੁੰਦੇ ਆ ਜੀ ਸੋ ਮੈਂ ਤਾਂ ਇੱਕ ਗਵਈਆ ਜੀ ਗਾਉਣ ਵਾਲਾ ਅਤੇ ਠੀਕ ਹੈ ਇੱਕ ਗੀਤ ਗਾ ਦੇਣਾ ਇਸ਼ਕ ਬੁੱਲੇ ਨੂੰ ਨਚਾਵੇ ਯਾਰ 'ਤੇ ਨੱਚਣਾ ਪੈਂਦਾ ਹੈ ਸਾਹਮਣੇ ਹੋਵੇ ਯਾਰ 'ਤੇ ਨੱਚਣਾ ਪੈਂਦਾ ਹੈ ਹੁਣ ਕਹਿਣ ਨੂੰ ਇਹ ਇੱਕ ਸੂਫੀ ਰੰਗਤ ਦਾ ਗੀਤ ਹੈ ਪਰ ਹੁਣ ਇਹਦੇ ਜੇ ਇਹਨੂੰ ਆਪਾਂ ਇਹਦੀ ਸਟੱਡੀ ਕਰੀਏ ਇਸ ਗੀਤ ਦੀ ਤਾਂ ਇਹ ਬਾਬੇ ਬੁੱਲੇ ਸ਼ਾਹ ਦਾ ਐਕਸਪੀਰੀਅੰਸ ਹੈ ਕਿ ਬਾਬਾ ਬੁੱਲੇ ਸ਼ਾਹ ਆਪਣੇ ਆਪਣੇ ਗੁਰੂ ਕਹਿ ਲਓ ਆਪਣੇ ਪੀਰ ਕਹਿ ਲਓ ਸ਼ਾਹ ਇਨਾਇਤ ਉਹਨਾਂ ਨੂੰ ਰਾਜ਼ੀ ਕਰਨ ਲਈ ਨੱਚੇ ਸੀ ਕੰਜਰੀ ਬਣ ਕੇ ਸੋ ਉਹਨਾਂ ਦਾ ਆਪਣੇ ਗੁਰੂ ਨਾਲ ਇਸ਼ਕ ਸੀ ਹੁਣ ਉਸ ਚੀਜ਼ ਨੂੰ ਲੈ ਕੇ ਮੈਂ ਵੀ ਫੀਲਿੰਗ ਲਈ ਜਾਵਾਂ ਅਤੇ ਮੈਂ ਆਪਣੇ ਆਪ ਨੂੰ ਸੂਫੀ ਦੱਸਣ ਲੱਗ ਜਾ ਸੋ ਉਹ ਫਿਰ ਮੇਰੀ ਗਲਤੀ ਹੈ ਮੇਰੇ ਅੰਦਰ ਉਹ ਇਸ਼ਕ ਹੀ ਹੈ ਨਹੀਂ ਉਹ ਮੈਂ ਇੱਕ ਗਵਈਆ ਹੈ ਮੇਰਾ ਇੱਕ ਬਿਜ਼ਨਸ ਹੈ ਮੇਰੀ ਕਿਰਤ ਹੈ ਇਹ ਪਰ ਮੈਂ ਇਹਦੇ ਲਈ ਰਿਸਪੋਂਸੀਬਲ ਹੈ ਕਿ ਮੈਂ ਆਹੀ ਨਹੀਂ ਕਿ ਮੈਂ ਆਪਦੇ ਗੀਤ ਗਾ ਕੇ ਠੀਕ ਹੈ ਮੈਨੂੰ ਮੇਰੇ ਪਰਿਵਾਰ ਮੇਰੇ ਜਿਹੜੇ ਸਰੋਤੇ ਹੈ ਪੇ ਕਰਦੇ ਆ ਲੱਖਾਂ ਰੁਪਈਆ ਦਿੰਦੇ ਆ ਪਰ ਉਹਦੇ ਬਦਲੇ 'ਚ ਮੇਰਾ ਫਰਜ਼ ਹੈ ਕਿ ਮੈਂ ਉਹਨਾਂ ਦੇ ਘਰਾਂ 'ਚ ਉਹਨਾਂ ਦੀਆਂ ਖੁਸ਼ੀਆਂ ਜਾ ਕੇ ਜਾਂ ਕੋਈ ਹੋਰ ਜਿੱਦਾਂ ਦੇ ਵੀ ਪ੍ਰੋਗਰਾਮ ਹੁੰਦੇ ਆ ਜਾ ਕੇ ਮੈਸੇਜ ਨਾ ਮੇਰਾ ਕੋਈ ਗਲਤ ਹੋਵੇ ਕਿ ਜਿੱਥੇ ਸਾਡੀ ਨੌਜਵਾਨੀ ਨੂੰ ਕੋਈ ਗਲਤ ਮੈਸੇਜ ਹੋਵੇ ਜਾਂ ਸਾਡੀਆਂ ਮੈਂ ਕੁੜੀਆਂ ਨੂੰ ਚਿੜੀਆਂ ਨੂੰ ਸਾਡੀਆਂ ਨੂੰ ਕੁਛ ਮੈਂ ਉੱਥੇ ਜਾ ਕੇ ਕੁਛ ਮੈਂ ਕੋਈ ਗਲਤ ਗੀਤਾਂ 'ਚ ਕੁਛ ਕਰਾਂ ਕਿ ਚੀਕਾਂ ਮਾਰ ਕੇ ਦੱਸੋ ਆ ਫਲਾਨਾ ਕੀ ਹੈ ਉਹ ਫਲਾਨੀ ਕੀ ਹੈ ਨਹੀਂ ਉਹ ਚੀਜ਼ਾਂ ਨਹੀਂ ਮੈਂ ਕਰ ਸਕਦਾ ਸਾਡੇ ਬਜ਼ੁਰਗਾਂ ਨੇ ਜੋ ਸੁਣਿਆ ਸਾਡੇ ਬਜ਼ੁਰਗਾਂ ਵਰਗੇ ਗੀਤ ਗਾਵਾਂ ਮੈਂ ਸਾਡੀਆਂ ਮਾਵਾਂ ਵਰਗੇ ਗੀਤ ਗਾਵਾਂ ਮੈਂ ਹੈ ਨਾ ਸੋ ਉਹਦੇ ਲਈ ਮੈਂ ਰਿਸਪੋਂਸੀਬਲ ਹਾਂ ਜੀ ਇੱਥੇ ਮੈਂ ਜਾਂਦੇ ਹਾਂ ਦੀ ਫਾਰਮ ਓਪਰ ਦੇ ਬਾਰੇ ਗੱਲ ਜ਼ਰੂਰ ਕਰਨਾ ਚਾਹਾਂਗੇ ਤੁਸੀਂ ਪਹਿਲੇ ਦਿਨ ਤੋਂ ਸਾਥ ਦਿੱਤਾ ਗੀਤ ਵੀ ਆਏ ਫਿਰ ਮੈਂ ਇੱਥੇ ਇੱਕ ਚੀਜ਼ 'ਤੇ ਗੱਲ ਜ਼ਰੂਰ ਕਰਨਾ ਚਾਹੁੰਦੀ ਹਾਂ ਕਿਉਂਕਿ ਤੁਹਾਡੇ ਗੀਤ ਜਿਹੜੇ ਯੂਟਿਊਬ ਤੋਂ ਹਟਾ ਦਿੱਤੇ ਜਾਂਦੇ ਆ ਅੱਜ ਸਿੱਧੂ ਮੂਸੇਵਾਲਾ ਜੀ ਤੁਹਾਡੇ ਵਿੱਚ ਨਹੀਂ ਆ ਉਹਨਾਂ ਦਾ ਗੀਤ ਵੀ ਉਹਦੀ ਡੈਥ ਤੋਂ ਬਾਅਦ ਜਿਹੜਾ SVL ਆਉਂਦਾ ਉਹ ਵੀ ਹਟਾ ਦਿੱਤਾ ਜਾਂਦਾ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਮੈਂ ਨਹੀਂ ਦੇਖਦਾ ਜੀ ਠੀਕ ਹੈ ਇਹ ਆਰਟਿਸਟ ਦੀ ਜਰਨੀ ਹੈ ਅਤੇ ਇੱਕ ਗੀਤ ਆਉਂਦਾ ਹੈ ਅਤੇ ਸਰਕਾਰ ਨੂੰ ਨਹੀਂ ਪਸੰਦ ਤਾਂ ਸਰਕਾਰ ਵੱਲੋਂ ਹਟਾਇਆ ਜਾਂਦਾ ਅਤੇ ਮੇਰੇ ਲਈ ਤਾਂ ਸਾਰੇ ਅਦਾਰੇ ਸਤਿਕਾਰਯੋਗ ਹੈ ਉਹਨਾਂ ਨੂੰ ਕੁਛ ਲੱਗਿਆ ਹੋਊਗਾ ਕਿ ਇਸ ਗੀਤ 'ਚ ਕੁਛ ਸਹੀ ਨਹੀਂ ਹੈ ਪਰ ਮੈਨੂੰ ਲੱਗਿਆ ਕਿ ਇਸ ਗੀਤ 'ਚ ਸਹੀ ਹੈ ਸੋ ਆਪਣੀ ਆਪਣੀ ਵਿਚਾਰਧਾਰਾ ਹਾਂ ਇਨ ਫਿਊਚਰ ਕਦੇ ਕਦੇ ਅਸੀਂ ਬੈਠ ਕੇ ਕੋਈ ਗੱਲ ਵੀ ਕਰਾਂਗੇ ਤਾਂ ਮੇਰੇ 'ਚ ਇਸੇ ਹਲੀਮੀ ਨਾਲ ਇਸੇ ਤਹਿਜ਼ੀਬ ਨਾਲ ਅਸੀਂ ਡਿਸਕਸ ਕਰ ਸਕਦੇ ਹਾਂ ਇਸ ਗੱਲ 'ਤੇ ਚਰਚਾ ਕਰ ਸਕਦੇ ਹਾਂ ਜੀ ਕਿ ਤੁਹਾਨੂੰ ਕੀ ਨਹੀਂ ਠੀਕ ਲੱਗਿਆ ਜੇ ਉਹਨਾਂ ਵੱਲੋਂ ਕੋਈ ਗੱਲ ਆਊਗੀ ਕਿ ਕਵਰ ਸਾਨੂੰ ਵੀ ਰਾਹ ਠੀਕ ਨਹੀਂ ਲੱਗਿਆ ਤਾਂ ਜੇ ਮੇਰੇ ਕੋਲ ਦਲੀਲ ਹੋਊਗੀ ਤਾਂ ਮੈਂ ਦੇ ਦੂੰਗਾ ਜੇ ਮੇਰੇ ਕੋਲ ਦਲੀਲ ਨਹੀਂ ਹੋਊਗੀ ਤਾਂ ਮੈਂ ਉਹਨੂੰ ਸੌਰੀ ਕਹਿ ਦੂੰਗਾ ਸੋ ਇਸ ਕਰਕੇ ਇਹ ਤਾਂ ਕੋਈ ਇਹ ਕੋਈ ਵਧਾਉਣ ਚੜ੍ਹਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਜਿਸ ਤਰ੍ਹਾਂ ਅੱਜ ਕੱਲ੍ਹ ਮੈਂ ਦੇਖਿਆ ਬਹੁਤ ਸਾਰੇ ਸੱਜਣ ਹੁੰਦੇ ਆ ਕਿ ਗੀਤ ਕੋਈ ਬੈਨ ਹੋ ਗਿਆ ਉਹਨੂੰ ਫਿਰ ਬਹੁਤ ਵਧਾ ਚੜ੍ਹਾ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਠੀਕ ਹੈ ਤੁਸੀਂ ਕਲਾਕਾਰ ਹੋ ਇਹ ਗੀਤ ਹੋਰ ਕਰ ਦਿਓ ਹਜਾ ਇਹ ਗੀਤ ਹੋਰ ਕਰ ਦਿਓ ਪਰ ਆਪਣੀ ਤਹਿਜ਼ੀਬ ਨਾ ਛੱਡੋ ਆਪਣਾ ਆਦਮ ਨਾ ਛੱਡੋ ਹਰ ਇੱਕ ਕੋਈ ਬੈਨ ਕਰਨ ਵਾਲਾ ਵੀ ਮੇਰੇ ਲਈ ਉਨਾ ਹੀ ਸਤਿਕਾਰਯੋਗ ਹੈ ਅਤੇ ਚਲਾਉਣ ਵਾਲਾ ਵੀ ਉਨਾ ਹੀ ਸਤਿਕਾਰਯੋਗ ਹੈ ਠੀਕ ਹੈ ਸਮਾਂ ਹੁੰਦਾ ਤੁਸੀਂ ਜੁੜ ਕੇ ਕਿਤੇ ਬਹਿੰਦੇ ਹੋ ਉਹ ਤੁਹਾਡਾ ਵਿਰੋਧੀ ਵੀ ਹੋ ਸਕਦਾ ਉਹ ਤੁਹਾਡਾ ਆਸ਼ਕ ਵੀ ਹੋ ਸਕਦਾ ਗੱਲ ਦੋਨਾਂ ਨਾਲ ਹੀ ਤੁਸੀਂ ਉਸੇ ਕੌਨਫੀਡੈਂਸ ਨਾਲ ਅਤੇ ਆਪਣੇ ਸਮਝ ਕੇ ਕਰੋ ਇਹੀ ਗੁਰੂ ਨਾਨਕ ਦੇ ਪੁੱਤ ਦੇ ਗੁਣ ਹੈ ਬਹੁਤ ਬਹੁਤ ਆਦਰ ਸਤਿਕਾਰ ਥੈਂਕ ਯੂ ਸ਼ੁਕਰੀਆ ਸੋ ਇਹ ਸਨ ਮੇਰੇ ਨਾਲ ਕਵਰ ਗਰੇਵਾਲ ਜੀ ਜਿਨ੍ਹਾਂ ਨੇ ਅਸੀਂ ਗੱਲਬਾਤ ਕੀਤੀ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਸੰਗੀਤਕ ਸਫ਼ਰ ਨੂੰ ਲੈ ਕੇ ਉਹਨਾਂ ਦੇ ਅਪਕਮਿੰਗ ਪ੍ਰੋਜੈਕਟਸ ਨੂੰ ਲੈ ਕੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੇ ਸਾਡੇ ਇੰਟਰਵਿਊ ਪਸੰਦ ਆਈ ਹੋਏਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂ ਲੇਟੈਸਟ ਅਪਡੇਟ ਨੂੰ ਚੈਨਲ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ